प्रभु बहुत वड्डी बरकत दे भाईओ मेरी भैनों बच्चों अज असी एक ऐसे घर दे विच जा रहे हैं चौहुना 11 दी 17 दे अंदर तो मैं दसना चाहता कि ये नगर जिस विच मरियम ते मार्था और लाजर का एक घर है ये नगर बैतनिया है। लाजर 4 दिन हो चुके ने वो मर गया हुआ है और कब्र विच रखा हुआ है और कब्र दे विच 4th day ओदी लाश गल चुकी हुई है और उसके शरीर विच कीड़े चल चुके हुए ने और बदबू जिहड़ी है लाजर दी लाश विचों बाहर आ रही है। यीशु उस घर विच जांदा है साडियां जिंदगियां दा मालक उस घर विच जांदा है। लिखत नूं पढ़ना चाहुंदा हां फिर यीशु ने आण के मालूम कीता जो उन्हों कबर विच पए 4 दिन हो चुके हैं। बैतनिया यरूशलेम के नेड़े कोकवाट सी अते बहुत सारे यहूदी मार्था ते मरियम दे कोल आए हुए सन अते उदे भरा दे विखे उदा मन तरावा करदे सन। मेरे अजीजो ਉਹ ਤਸੱਲੀ ਦੇਣ ਵਾਸਤੇ ਆਏ ਸਨ ਪਰ ਹੁਣ ਤੁਸੀਂ ਹੌਸਲਾ ਕਰੋ ਕਿਉਂ ਜੋ ਹੁਣ ਕੁਛ ਵੀ ਹੋ ਨਹੀਂ ਸਕਦਾ। ਮੇਰੇ ਅੱਜ ਜੋ ਯੇਸ਼ੂ ਮਸੀਹ ਜਦੋਂ ਲਾਜ਼ਰ ਮਰ ਗਿਆ ਹੈ ਤੇ ਠੀਕ 4th day ਉਹ ਉਸ ਘਰ ਵਿੱਚ ਆ ਚੁੱਕਿਆ ਹੈ ਉਹਨੂੰ ਪਤਾ ਲੱਗ ਗਿਆ ਹੈ ਕਿ ਉਹਨੂੰ ਮਰਿਆ 4 ਦਿਨ ਹੋ ਚੁੱਕੇ ਹਨ। ਔਰ ਬੜਾ ਅਜੀਬ ਕੰਮ ਹੈ ਜਿਹੜਾ ਇਸ ਨਗਰ ਬੈਤਨੀਆਂ ਵਿੱਚ ਹੋਣਾ ਹੈ। ਯੇਸ਼ੂ ਆ ਚੁੱਕਿਆ ਹੈ ਔਰ ਮਰੀਆਂ ਮਾਰਥਾ ਨੂੰ ਵੀ ਪਤਾ ਲੱਗ ਚੁੱਕਿਆ ਜੋ ਯੇਸ਼ੂ ਆਇਆ ਹੈ ਔਰ ਉਹ ਚੁੱਪ ਕੀਤੇ ਉੱਠ ਕੇ ਤੇ ਪ੍ਰਭੂ ਯਿਸੂ ਮਸੀਹ ਦੇ ਕੋਲ ਜਾਂਦੀ ਹੈ ਔਰ ਕਹਿੰਦੀ ਹੈ। ਉਪਰੰਤ ਮਾਰਥਾ ਨੇ ਜਾਂ ਸੁਣਿਆ ਕਿ ਯਿਸੂ ਮਸੀਹ ਆਉਂਦਾ ਹੈ ਤਾਂ ਉਹਨੂੰ ਮਿਲਣ ਗਈ ਪਰ ਮਰੀਅਮ ਘਰ ਵਿੱਚ ਬੈਠੀ ਰਹੀ। ਤਦ ਮਾਰਥਾ ਨੇ ਯਿਸੂ ਨੂੰ ਆਖਿਆ ਪ੍ਰਭੂ ਜੀ ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ ਅਤੇ ਮੈਂ ਹੁਣ ਵੀ ਜਾਣਦੀ ਹਾਂ ਭਾਈ ਜੋ ਕੁਝ ਤੂੰ ਪਰਮੇਸ਼ੁਰ ਤੋਂ ਮੰਗੇ ਸੋ ਪਰਮੇਸ਼ੁਰ ਤੈਨੂੰ ਦਿਓ। ਯੇਸ਼ੂ ਨੇ ਉਹਨੂੰ ਆਖਿਆ ਤੇਰਾ ਭਰਾ ਜੀ ਉੱਠੇਗਾ। ਮਾਰਥਾ ਨੇ ਉਸਨੂੰ ਆਖਿਆ ਮੈਂ ਜਾਣਦੀ ਹਾਂ ਜੋ ਕਿਆਮਤ ਦੇ ਦਿਨ ਉਹ ਜੀ ਉੱਠੇਗਾ। ਯੇਸ਼ੂ ਨੇ ਉਹਨੂੰ ਕਿਹਾ ਕਿਆਮਤ ਅਤੇ ਜੀਵਨ ਮੈਂ ਹਾਂ, ਜੋ ਮੇਰੇ ਉੱਤੇ ਨਿਸ਼ਚਾ ਕਰਦਾ ਹੈ ਭਾਵੇਂ ਮਰ ਵੀ ਜਾਵੇ ਤਾਂ ਵੀ ਉਹ ਜੀ ਉੱਠੇਗਾ। ਬੈਤਨੀਆਂ ਦੇ ਵਿੱਚ ਮਾਰਥਾ ਮਰੀਅਮ ਦੇ ਘਰ ਵਿੱਚ ਬਹੁਤ ਸਾਰੇ ਲੋਕ ਆਏ ਹੋਏ ਨੇ ਔਰ ਉਹ ਤਸੱਲੀ ਦੇਣ ਵਾਸਤੇ ਆਏ ਹੋਏ ਨੇ ਪਰ ਜਿਹੋ ਜਿਹੀ ਤਸੱਲੀ ਖੁਦਾਵੰਦ ਯੇਸ਼ੂ ਮਸੀਹ ਦੇ ਸਕਦਾ ਹੈ ਇਹੋ ਜਿਹੀ ਤਸੱਲੀ ਕੋਈ ਵੀ ਦੇ ਨਹੀਂ ਸਕਦਾ। ਮੁਰਦਿਆਂ ਚੋਂ ਜਿਉਂਦੇ ਕਰਨ ਦੀ ਤਾਕਤ
ਸਾਡੇ ਖੁਦਾਵੰਦ ਯਿਸੂ ਮਸੀਹ ਦੇ ਕੋਲ ਹੈ। ਇਸ ਕਰਕੇ ਉਹ ਵੀ ਬੈਤਨੀਆਂ ਵਿੱਚ ਪਹੁੰਚ ਚੁੱਕਿਆ ਹੈ ਔਰ ਮਾਰਥਾ ਦੇ ਨਾਲ ਗੱਲ ਹੋ ਗਈ ਹੈ ਔਰ ਯਿਸੂ ਮਸੀਹ ਨੇ ਕਿਹਾ ਚਲੋ ਮੈਨੂੰ ਦੱਸੋ ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ, ਚਲੋ ਮੈਨੂੰ ਦੱਸੋ ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ। ਔਰ ਲਿਖਿਆ ਹੈ 25 ਆਇਤ, ਯਿਸੂ ਨੇ ਉਹਨੂੰ ਕਿਹਾ ਕਿਆਮਤ ਅਤੇ ਜੂਨ ਮੈਂ ਹਾਂ, ਜੋ ਮੇਰੇ ਉੱਤੇ ਨਿਸ਼ਚਾ ਕਰਦਾ ਹੈ ਮਰ ਵੀ ਜਾਏ ਤਾਂ ਵੀ ਜੀ ਉੱਠੇਗਾ, ਅਤੇ ਹਰ ਕੋਈ ਜਿਹੜਾ ਜਿਉਂਦਾ ਹੈ ਔਰ ਮੇਰੇ ਉੱਤੇ ਨਿਸ਼ਚਾ ਕਰਦਾ ਹੈ ਸਦੀਪ ਕਾਲ ਤੀਕ ਕਦੇ ਨਾ ਮਰੇਗਾ। ਕੀ ਤੂੰ ਇਸ ਗੱਲ ਦੀ ਪ੍ਰਤੀਤ ਕਰਦੀ ਹੈ? ਉਹਨਾਂ ਆਖਿਆ ਹਾਂ ਪ੍ਰਭੂ ਮੈਂ ਪ੍ਰਤੀਤ ਕਰਦੀ ਕਿ ਤੂੰ ਹੀ ਮਸੀਹ ਹੈ, ਪਰਮੇਸ਼ਵਰ ਦਾ ਪੁੱਤਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ। ਇਹ ਕਹਿ ਕੇ ਉਹ ਚਲੀ ਗਈ ਅਤੇ ਆਪਣੀ ਭੈਣ ਨੂੰ ਕਹਿਣ ਲੱਗੀ ਗੁਰੂ ਆਇਆ ਹੋਇਆ ਹੈ। ਔਰ ਅਸੀਂ ਦੇਖਦੇ ਹਾਂ ਕਿ ਮਰੀਅਮ ਔਰ ਮਾਰਥਾ ਨੂੰ ਪ੍ਰਭੂ ਯਿਸੂ ਮਸੀਹ ਨੇ ਕਿਹਾ ਚਲੋ ਮੈਨੂੰ ਦੱਸੋ ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ। ਔਰ ਬੜੇ ਲੋਕ ਉੱਥੇ ਕਬਰਸਤਾਨ ਵੱਲ ਨੂੰ ਜਾ ਰਹੇ ਨੇ, ਕਾਫੀ ਲੋਕ ਜਾ ਰਹੇ ਨੇ, ਮਰੀਅਮ ਅਤੇ ਮਾਰਥਾ ਨੇ ਤੇ ਜਾਣਾ ਹੀ ਹੈ, ਪਰ ਬੜੇ ਯਹੂਦੀ ਫੱਕੀ ਫਰੀਸੀ ਵੀ ਉੱਥੇ ਜਾ ਰਹੇ ਨੇ। ਔਰ ਇੱਕ ਜਾਣਾ ਉਹਨਾਂ ਵਿੱਚੋਂ ਬੋਲਣ ਡਿਆ ਹੋਇਆ, ਉਹ ਕਹਿੰਦਾ ਇਹ ਜਿੰਨੇ ਅੰਨੇ ਦੀਆਂ ਅੱਖਾਂ ਨੂੰ ਖੋਲ ਦਿੱਤਾ ਸੀ, ਉਹ ਕਹਿ ਰਿਹਾ ਇਹ ਕਿਹਨੂੰ ਕਹਿ ਰਿਹਾ, ਯਿਸੂ ਮਸੀਹ ਵੱਲ ਇਸ਼ਾਰਾ ਕਰਕੇ ਕਹਿ ਰਿਹਾ ਹੈ, ਇਹ ਜਿੰਨੇ ਅੰਨੇ ਦੀਆਂ ਅੱਖਾਂ ਨੂੰ ਖੋਲ ਦਿੱਤਾ ਇਹ ਨਵੀਂ ਨਾ ਕਰ ਸਕਿਆ, ਭਾਈ ਲਾਜ਼ਰ ਨਾ ਮਰਦਾ ਇੰਨਾ ਵੀ ਨਹੀਂ ਕਰ ਸਕਿਆ। ਯਿਸੂ ਕਲਪਦਾ ਹੈ ਔਰ ਇੱਥੇ ਵਚਨ ਕਹਿੰਦਾ ਹੈ ਕਿ ਵਚਨ ਚ ਲਿਖਿਆ ਹੋਇਆ ਹੈ ਯਿਸੂ ਅਜੇ ਪਿੰਡ ਵਿੱਚ ਨਹੀਂ ਸੀ ਆਇਆ, ਪਰ ਉਸ ਥਾਂ ਜਿੱਥੇ ਮਾਰਥਾ ਮਿਲੀ ਸੀ ਉੱਥੇ ਸੀ। ਫਿਰ ਉਹ ਯਹੂਦੀ ਜਿਹੜੇ ਉਹਦੇ ਨਾਲ ਘਰ ਵਿੱਚ ਸਨ ਅਤੇ ਉਹਦਾ ਮਨ ਧਰਾਉਂਦੇ ਸਨ, ਜਾਂ ਮਰੀਅਮ ਨੂੰ ਮਰੀਅਮ ਨੇ ਵੇਖਿਆ ਜੋ ਉਹ ਛੇਤੀ ਨਾਲ ਉੱਠ ਕੇ ਬਾਹਰ ਨੂੰ ਚਲੇ ਗਈ ਅਤੇ ਸਮਝ ਕੇ ਯਹੂਦੀ ਨੇ ਸਮਝ ਕੇ ਵੀ ਉਹ ਕਬਰ ਉੱਤੇ ਰੋਣ ਲਈ ਜਾਂਦੀ ਹੈ, ਉਹਦੇ ਮਗਰ ਹੋ ਤੁਰੇ। ਸੋ ਜਾਂ ਮਰੀਅਮ ਉਸ ਥਾਂ ਆਈ ਜਿੱਥੇ ਯਿਸੂ ਸੀ ਤਾਂ ਉਸ ਨੂੰ ਵੇਖ ਕੇ ਉਹਦੇ ਪੈਰੀ ਪਈ, ਉਸ ਨੂੰ ਆਖਿਆ ਪ੍ਰਭੂ ਜੀ ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਉਪਰੰਤ ਜਾਂ ਯਿਸੂ ਨੇ ਉਹਨੂੰ ਰੋਂਦਿਆਂ ਅਤੇ ਉਹਨਾਂ ਯਹੂਦੀਆਂ ਨੂੰ ਵੀ ਜੋ ਉਹਦੇ ਨਾਲ ਆਏ ਸਨ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਘਬਰਾਇਆ ਔਰ ਆਖਿਆ ਤੁਸਾਂ ਉਹਨੂੰ ਕਿੱਥੇ ਰੱਖਿਆ ਹੈ? ਉਹਨਾਂ ਉਸ ਨੂੰ ਆਖਿਆ ਪ੍ਰਭੂ ਜੀ ਆ ਵੇਖ। ਯਿਸੂ ਰੋਇਆ, ਯਿਸੂ ਲਾਜ਼ਰ ਦੀ ਕਬਰ ਦੇ ਉੱਤੇ ਰੋਇਆ। ਕਿਉਂ ਰੋਇਆ? ਉਹ ਖੁਦਾ ਮਨੁੱਖ ਬਣਿਆ ਹੋਇਆ ਸੀ ਔਰ ਉਹਨੂੰ ਮਨੁੱਖਾਂ ਦੇ ਦੁੱਖਾਂ ਦੇ ਬਾਰੇ ਪਤਾ ਸੀ ਔਰ ਉਸਨੇ ਜਸ਼ਾਇਆ 53:4 ਵਿੱਚ ਇਹ ਆਖਿਆ ਹੋਇਆ ਹੈ, ਜਸ਼ਾਇਆ ਦੇ ਜ਼ਰੀਏ ਸੱਚਮੁੱਚ ਉਸਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ। ਔਰ ਅਸੀਂ ਦੇਖਦੇ ਹਾਂ ਅੱਜ ਮਰੀਅਮ ਤੇ ਮਾਰਥਾ ਦਾ ਗਮ ਵੀ ਚੁੱਕਿਆ ਜਾਣਾ ਹੈ, ਕਿਉਂਕਿ ਗਮ ਚੁੱਕਣ ਵਾਲਾ ਸਾਡਾ ਖੁਦਾਵੰਦ
कि यीशु मसीह उत्थे आ चुका है। और 35 आयत कहती है, यीशु रोया। यूहन्ना 11:35 आयत कहती है, यीशु रोया। इसते यहूदी बोले, वेखो ये उस नाल किन्ना हित करदा सी। पर कई उन्हां विचों बोले कि ये जिन्ने अन्ने दियां अखां खोलियां इन्हां भी ना कर सकिया, जो ये मनुख ना मरदा तां यीशु अपने जीव विच कल्पदा होया कबर उत्ते आया। अते ओ इक गुफा सी, अते उस उत्ते इक पत्थर धरिया होया सी। यीशु ने आख्या, इस पत्थर नूं हटा दो। उस मुर्दे दी भैण मार्था ने उस नूं आख्या, प्रभु जी हुण ते उस दे कोलों की आउंदी आ सड़िया दौंदी है। मार्था दे कहण दा मतलब, भाई हुण कुछ भी हो नहीं सकदा, पर मैं विश्वास करदा हां कि यीशु ओ कर सकदा है जो मनुखां कोलो हो नहीं सकदा। अज भी किन्ने मुर्दे उसने जूंदे कर दिते। और मैं दसना चाहुंदा हां, मैं एक फिल्म देखी जो अफ्रीका देश दी सी, और उत्थे एक पास्टर डैनियल मर गया और ओनू दबना चाहते सी, पर ओदे घरवाली कहती सी इनू ना दबियो क्योंकि इन्हें मुर्दियां विचों जी उठना है। मैनू विश्वास है कि डैनियल मुर्दियां विचों जी उठेगा। मैं उस फिल्म नूं अखां नाल देखिया और उहदा बादशाह जिहड़ा सी ओह कन्वेंशन विच खड़िया गया जिथे लोग प्रभु दा धन्नवाद कर रहे सन, और उत्थे उहदा बादशाह खोल के रख्या होया सी। और ठीक डैनियल तीसरे दिन मुर्दियां दे विचों जी उठिया, और जद उहदे विच साह आ गया और ओदियां लत्तां बाहां मल रहे सन। पर जिथों तक लाजर की गल है, लाजर की ते लाश ही गल गई सी। ओदा नक थले नूं चले गया सी और ओदियां ओदे पेट गल चुकिया सी, कीड़े पै चुके सन और ओदे कोलों बदबू आ रही सी। मार्था कह रही है, प्रभु यीशु मसीह कह रहा, इस पत्थर नूं जिहड़ा कबर दे अगे दित्ता होया इनू पछा हटा दिओ। पर उहदी भैण मार्था कह रही है, प्रभु जी हुण ते उहदे विचों की आ रही आ सड़ियांद आ रही है। हुण उहदे विचों की आ रही आ सड़ियांद आ रही है। यीशु ने उन्हों कहा, असि देते हाँ लिखा, वह कह रही है हुण उहदे विचों की आ रही है सड़ियांद आ रही है। प्रभु बहुत वड्डी कृपा दवे। वचन कहिंदा है, अते हर कोई जेड़ा जिउंदा और मेरे उत्ते निश्चा करदा सदीप काल तीक कदे ना मरेगा। 28:29 आयत विच असीं वेखदे हां लिखा है, मरियम नूं चुप कीती सद के कह दिता भी गुरु आया है, और उह तुम्हें चले गईयां ने। पर मार्था विश्वास नहीं कर रही। मरियम कह रही आ, मार्था कह रही आ, भई ओहदे विचों हुण की आउंदी आ सड़ियांद आउंदी है। और इत्थे 30 आयत जाने के 30 आयत कह रही आ, यीशु ने उन्हों कहा, मैं तेनू आख्या भाई जे तू प्रतीत करें तां परमेश्वर दी वडियाई नूं वेखेंगे।
ਸੋ ਉਹਨਾਂ ਉਸ ਪੱਥਰ ਨੂੰ ਹਟਾ ਦਿੱਤਾ ਅਤੇ ਯੇਸ਼ੂ ਨੇ ਉਤਾਂ ਅੱਖਾਂ ਉਤਾਂ ਕਰਕੇ ਆਖਿਆ ਹੇ ਪਿਤਾ ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੂੰ ਮੇਰੀ ਸੁਣੀ ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਹੀ ਸੁਣਦਾ ਹੈ ਪਰ ਇਹਨਾਂ ਲੋਕਾਂ ਦੇ ਕਾਰਨ ਜਿਹੜੇ ਇੱਥੇ ਆਲੇ ਦੁਆਲੇ ਖੜੇ ਹਨ ਇਹ ਆਖਿਆ ਜਾਂ ਉਹ ਪ੍ਰਤੀਤ ਕਰਨ ਜੋ ਤੂੰ ਮੈਨੂੰ ਕੱਲ ਦਿੱਤਾ ਹੈ ਤੂੰ ਮੈਨੂੰ ਘੱਲਿਆ ਹੈ ਇਹ ਕਹਿ ਕੇ ਉਹਨੇ ਉੱਚੀ ਆਵਾਜ਼ ਨਾਲ ਲਾਜ਼ਰ ਨੂੰ ਆਖ ਦਿੱਤਾ ਲਾਜ਼ਰ ਬਾਹਰ ਆ ਔਰ ਉਹ ਜਿਹੜਾ ਮੋਇਆ ਹੋਇਆ ਸੀ ਖੱਫਣ ਨਾਲ ਹੱਥ ਪੈਰ ਬੱਧੇ ਹੋਏ ਬਾਹਰ ਨਿਕਲ ਆਇਆ ਔਰ ਉਹਦੇ ਮੂੰਹ ਤੇ ਰੁਮਾਲ ਲਪੇਟਿਆ ਹੋਇਆ ਸੀ ਅਤੇ ਯੇਸ਼ੂ ਨੇ ਉਹਨਾਂ ਨੂੰ ਆਖਿਆ ਉਹਨੂੰ ਖੋਲੋ ਅਤੇ ਜਾਣ ਦਿਓ ਇਹ ਕੰਮ ਸੀ ਸਾਡੇ ਖੁਦਾਵੰਦ ਯੇਸ਼ੂ ਮਸੀਹ ਦੇ ਕਿਉਂਕਿ ਉਦੋਂ ਆਇਆ ਸੀ ਜਦੋਂ ਲਾਜ਼ਰ ਦੇ ਘਰ ਉਦੋਂ ਆਇਆ ਜਦੋਂ ਉਹਨੂੰ ਚਾਰ ਦਿਨ ਮਰਿਆ ਹੋ ਚੁੱਕੇ ਸਨ ਔਰ ਚੌਥੇ ਦਿਨ ਲਾਸ਼ ਫਟ ਜਾਂਦੀ ਹੈ ਔਰ ਜਦੋਂ ਲਾਸ਼ ਫਟਦੀ ਹੈ ਤੇ ਉਦੋਂ ਹੀ ਫਟਦੀ ਹੈ ਜਦੋਂ ਉਹਦੇ ਵਿੱਚ ਕੀੜੇ ਚੱਲ ਚੁੱਕੇ ਹੁੰਦੇ ਨੇ ਮੇਰੇ ਅਜੀ ਜੋ ਪ੍ਰਭੂ ਯੇਸ਼ੂ ਮਸੀਹ ਦੇ ਕੰਮਾਂ ਤੇ ਵਿਸ਼ਵਾਸ ਕਰਨਾ ਔਰ ਉਸਨੇ ਯਹੂਦੀਆਂ ਨੂੰ ਕਿਹਾ ਤੁਸੀਂ ਮੇਰੇ ਕੰਮਾਂ ਦੇ ਕਾਰਨ ਹੀ ਵਿਸ਼ਵਾਸ ਕਰੋ ਜੇ ਤੁਸੀਂ ਉਸ ਤਰ੍ਹਾਂ ਵਿਸ਼ਵਾਸ ਨਹੀਂ ਕਰਦੇ ਤੇ ਮੇਰੇ ਕੰਮਾਂ ਦੇ ਕਾਰਨ ਵਿਸ਼ਵਾਸ ਕਰੋ ਯੇਸ਼ੂ ਦੇ ਕੰਮ ਇਸ ਦੁਨੀਆਂ ਦੇ ਵਿੱਚ ਅਜੀ ਔਰ ਅਨੋਖੇ ਕੰਮ ਸਨ ਬੇਸ਼ੱਕ ਅੱਜ ਸਾਰਾ ਜਗਤ ਯੇਸ਼ੂ ਦਾ ਵੈਰੀ ਹੈ ਔਰ ਉਹਦੇ ਮੰਨਣ ਵਾਲਿਆਂ ਦਾ ਵੀ ਵੈਰੀ ਹੈ ਇਹ ਕਿਉਂ ਹੈ ਇਸ ਕਰਕੇ ਹੈ ਕਿ ਉਹਨੇ ਲੋਕਾਂ ਨੂੰ ਕਿਹਾ ਸੀ ਮੇਰੇ ਨਾਮ ਦੇ ਕਾਰਨ ਸਭ ਲੋਕ ਤੁਹਾਡੇ ਨਾਲ ਕੀ ਰੱਖਣਗੇ ਵੈਰ ਰੱਖਣਗੇ ਮੇਰੇ ਜੀ ਜੋ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ ਤੁਸੀਂ ਜਿਨ੍ਹਾਂ ਨੇ ਅੱਜ ਆਪਣਾ ਵਿਸ਼ਵਾਸ ਯੇਸ਼ੂ ਮਸੀਹ ਦੇ ਉੱਤੇ ਰੱਖਿਆ ਹੋਇਆ ਹੈ ਪ੍ਰਭੂ ਤੁਹਾਨੂੰ ਢੇਰ ਸਾਰੀ ਬਰਕਤ ਦੇਵੇ ਉੱਥੇ ਅਸੀਂ ਦੇਖਦੇ ਹਾਂ ਕਿ ਜਿੰਨੇ ਯਹੂਦੀ ਔਰ ਫੱਕੀ ਫਰੀਸੀ ਸਨ ਉਹਨਾਂ ਨੂੰ ਜਿਸਮਾਨੀ ਤੌਰ ਤੇ ਵੀ ਬੜਾ ਦੁੱਖ ਸੀ ਜਿੱਥੇ ਮਰੀਅਮ ਤੇ ਮਾਰਥਾ ਰੋ ਰਹੀ ਸੀ ਉੱਥੇ ਉਹ ਵੀ ਰੋ ਰਹੇ ਸਨ ਪਰ ਉਹਨਾਂ ਵਿੱਚੋਂ ਕਈ ਜਿਹੜੇ ਸੀ ਉਲਾਂਭਾ ਦੇਣ ਵਾਲੇ ਉਹ ਵੀ ਉੱਥੇ ਖੜੇ ਸਨ ਔਰ ਉਹਨਾਂ ਨੇ ਆਖਿਆ ਵੇਖੋ ਇਹ ਵੇਖੋ ਯੇਸ਼ੂ ਵੱਲ ਇਸ਼ਾਰਾ ਕਰਕੇ ਆਖਿਆ ਵੇਖੋ ਇਹ ਜਿੰਨੇ ਅੰਨਿਆਂ ਦੀਆਂ ਅੱਖਾਂ ਖੋਲ ਦਿੱਤੀਆਂ ਇੰਨਾ ਵੀ ਨਾ ਕਰ ਸਕਿਆ ਜੋ ਇਹ ਲਾਜ਼ਰ ਨਾ ਮਰਦਾ ਯੇਸ਼ੂ ਫਿਰ ਕਲਪਿਆ ਔਰ ਉਹ ਕਬਰ ਦੇ ਉੱਤੇ ਚਲਾ ਗਿਆ ਔਰ ਉਸਨੇ ਮਾਰਥਾ ਨੂੰ ਕਹਿ ਦਿੱਤਾ ਮਾਰਥਾ ਪੱਥਰ ਨੂੰ ਹਟਾ ਦੇ ਮਾਰਥਾ ਪੱਥਰ ਨਹੀਂ ਹਟਾ ਰਹੀ ਮਾਰਥਾ ਉਹਦੀ ਬਦਬੂ ਨੂੰ ਮਤਲਬ ਉਹਨੂੰ ਆ ਰਹੀ ਆ ਤੇ ਉਹ ਕਹਿ ਰਹੀ ਆ ਹੁਣ ਪ੍ਰਭੂ ਜੀ ਇਹਦੇ ਵਿੱਚੋਂ ਕੀ ਆਉਂਦੀ ਆ ਸੜਿਆ ਗਾਉਂਦੀ ਹੈ ਔਰ ਯੇਸ਼ੂ ਮਸੀਹ ਨੇ ਕਿਹਾ ਮੈਂ ਤੈਨੂੰ ਕਿਹਾ ਹੈ ਜੇ ਤੂੰ ਵਿਸ਼ਵਾਸ ਕਰੇ ਤੇ ਤੂੰ ਬੜੇ ਵੱਡੇ ਕੰਮ ਨੂੰ ਵੇਖ ਸਕੇਗੀ ਸੋ ਮੇਰੇ ਜੀ ਜੋ ਉਸ ਕਬਰ ਦੇ ਅੱਗੋਂ ਪੱਥਰ ਹਟਾ ਦਿੱਤਾ ਗਿਆ ਪੱਥਰ ਹਟਾ ਦਿੱਤਾ ਗਿਆ ਇੱਕ ਜਾਣਾ ਨਹੀਂ ਸੀ ਵੇਖ ਰਿਹਾ ਉੱਥੇ ਸੈਂਕੜੇ ਲੋਕ ਵੇਖ ਰਹੇ ਸਨ ਪੱਥਰ ਹਟਾ ਦਿੱਤਾ ਗਿਆ ਔਰ ਕੀ ਹੋਇਆ ਜਦੋਂ ਪੱਥਰ ਅੱਗੇ ਸੀ ਉਦੋਂ ਵੀ ਬਦਬੂ ਆ ਰਹੀ ਸੀ
और जो पत्थर हटा दिता गया और सबना लोगों ने जरूर इस तरह किया होगा, पर यीशु मसीह ने लाजर नू आवाज मार के कहा है, उन्हें कहा लाजर कब्र के विचों बाहर आ जा। फिर अजी जो यीशु मसीह के उत्ते विश्वास करने वाले कदे शर्मिंदे हो नहीं सकते, क्योंकि यीशु मसीह जी और अनोखे काम करता है। और जमीन अते आसमान का मालक है और ओ लाजर नू मुर्दियां विचो जिंदा करन की शक्ति रखता है, इसे करके वो लाजर दे कार विच आया है। और जदों उन्हें आवाज मारी है लाजर मुर्दियां चो जी उठा और वो पासे मारन डह पिया, वो मुर्दियां दे विचो जी उठा, वो खलो गया, वो बाहर निकल आया। और इत्थे वचन कहिंदा है जदों बाहर निकल आया और वचन कहिंदा है ओ जिहड़ा मोया होया सी कफन नाल हाथ पैर बद्धे हुए बाहर निकल आया और ओदे मुंह ते रुमाल लपेटिया होया सी। यीशु ने ओनू आख्या ओनू खोल दिओ, ओनू खोलो अते जान दिओ। तदो बथेरिया ने उन्हां यहूदियां विचों जिहड़े उत्थे मरियम अते मार्था दे कोल आए सन जो कुछ यीशु ने कीता वेख के ओदे उत्ते निश्चा कीती, पर उन्हां विचों कईयां ने फरीसियां दे कोल जाके एक काम जिहड़े यीशु ने कीते उन्हां नूं जाके दसे भई अज ते उन्हें चार दिन के मुर्दे नूं भी जिंदा कर दिता है, किधर जाओगे। पर बहुतिया ने फकीरां ते फरीसियां दी परवाह नहीं कीती, उन्होंने यीशु दे कम्मां नूं वेख के विश्वास कीता है। मेरे अजीजो तुहाडा भी विश्वास वधे, तुहाडा विश्वास वधे, भावें दुनिया विच बड़ा कुछ है, बड़े लोग जिहड़े यीशु दे विरोध विच खड़े हन, पर तुसी ओदे कम्मां नूं वेख के ओदे उत्ते विश्वास करो, खुदा तुहाडे जीवन दे अंदर बहुत वड्डे काम करने चाहुंदा है। आओ मेरे नाल अक्खां नूं बंद करो, आओ असीं दुआ करिए, विश्वास नाल दुआ करिए। प्रभु यीशु मसीह तू जमीन अते आसमान दा मालक है और जो कुछ तू कर सकदा है दुनिया दा कोई मनुख इस तरह कर नहीं सकता। प्यारे खुदावन यीशु मसीहा, इस छोटे जे संदेश नूं जिन्हों असी हर रोज प्रभु तेरे लोगों ने अलाइव करते हाँ, प्रभु यीशु मसीह तेरे बच्चों का मनोबल बढ़ जावे और खुदावंद उन्हां दी निश्चा बढ़ जावे और खुदावंदो तेरे हुक्मां दी पालना करन और खुदावंदो किसे भी फक्की फरीसी वल ना वेखण पर यीशु वल वेखण जिहड़ा निश्चा दा करता अते संपूर्ण करन वाला है। प्रभु यीशु मसीह तू उन्हां दे जीवन दी कृपा कर दे, अज जिहड़े इस संदेश नूं सुन के प्रभु तेरी कृपा उन्हां दे नाल होवे, उन्हां दा उन्हां नूं आत्मा दे नाल भर दे, उन्हां नूं दलेर कर दे। प्रभु यीशु मसीह बहुत वड्डी कृपा मिले, तेरा शुक्र होवे, तेरा धन्नवाद होवे। प्रभु यीशु मसीहा अज फिर मेरे भाइयां भैणां नूं ढेर सारी बरकत दे और खुदावन यीशु मसीह उन्हां दा विश्वास ताजा हो जावे,
और खुदा भी इस मसीह तेरे अजीब अनोखे कमां नूं वेख के तेरे उत्ते होर निश्चा करन और प्यारे खुदावन तेरे आउण दी उडीक करन जिथे ढेर सारे मुरदिया ने जी उठना है और प्यारे खुदावन उन्होंने कबरां विचों बाहर आ जाना है। प्रभु यीशु मसीहा अज असीं सिर्फ लाजर नूं कबर विचों बाहर आउंदे देखिया है, प्रभु यीशु मसीह तू त्याग है। शुक्र होवे, दुआ यीशु मसीह दे नाम विच मांगदे हां, आमीन।